ਚਵਲ ਜਨਾਨੀ ਪੌਕੇ ਨੈਟੇ ਉੱਤੇ ਕੱਲ ਦੀ ਫੜ ਫੜ ਵਿਊ ਦੇ ਭੁੱਖਿਆਂ ਦੇ ਹੱਥ ਰੰਦੀ ਫੜਦੀ ਚਵਲ ਜਨਾਨੀ ਪੌਕੇ ਨੈਟੇ ਉੱਤੇ ਕੱਲ ਦੀ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਂਕ ਸ਼ਰਮਾ ਤੇ ਹਿਮਾਣੀ ਦੇ ਬ੍ਰੇਕਅਪ ਤੋਂ ਬਾਅਦ ਬੀਤੇ ਦਿਨੀ ਮੈਂਕ ਸ਼ਰਮਾ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਆਇਆ ਸੀ ਤੇ ਲਾਈਵ ਹੋ ਕੇ ਉਸਨੇ ਕੁਝ ਗੱਲਾਂ ਬਾਤਾਂ ਕੀਤੀਆਂ ਹਿਮਾਣੀ ਦੇ ਰਿਲੇਟਿਡ ਤੇ ਨਾਲ ਦੀ ਨਾਲ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਿਮਾਣੀ ਨੇ ਬ੍ਰੇਕਅਪ ਤੋਂ ਬਾਅਦ ਕੁਝ ਦਿਨਾਂ ਬਾਅਦ ਹੀ ਟੈਟੂ ਜਿਹੜਾ ਕਿ ਉਹ ਕਵਰ ਅਪ ਕਰਵਾ ਦਿੱਤਾ ਸੀ ਜੋ ਮੈਂਕ ਦੇ ਨਾਮ ਦਾ ਬਣਿਆ ਹੋਇਆ ਸੀ ਇੱਥੇ ਹੀ ਮੈਂਕ ਨੇ ਵੀ ਆਪਣੇ ਹੱਥ ਦੇ ਉੱਪਰ ਹਿਮਾਣੀ ਦੇ ਨਾਮ ਦਾ ਟੈਟੂ ਬਣਵਾਇਆ ਹੋਇਆਗਾ ਤੇ ਹਜ ਐਸੀ ਕਮੈਂਟ ਕੀਤੀ ਕਿ ਤੁਸੀਂ ਟੈਟੂ ਹਜੇ ਤੱਕ ਕਵਰ ਅਪ ਕਿਉਂ ਨਹੀਂ ਕਰਵਾਇਆ ਇਸ ਬਾਰੇ ਮੈਂਕ ਸ਼ਰਮਾ ਬੋਲਿਆ ਕਿ ਮੈਂ ਹਿਮਾਣੀ ਨੂੰ ਸੱਚਾ ਪਿਆਰ ਕਰਦਾ ਸੀ ਮੈਂ ਦਿਮਾਗ ਤੋਂ ਨਹੀਂ ਸੀ ਉਹਨੂੰ ਚਾਇਆ ਤੇ ਉਸਨੇ ਮੇਰੇ ਨਾਲ ਦਿਮਾਗ ਲਾਇਆ ਸੀਗਾ ਤੇ ਤਾਂ ਕਰਕੇ ਉਹ ਛੇਤੀ ਟੈਟੂ ਜਿਹੜਾ ਕਿ ਉਹ ਕਵਰ ਅਪ ਕਰਵਾ ਗਈ ਬਾਕੀ ਕੀ ਬੋਲਿਆ ਤੁਸੀਂ ਉਹ ਵੀ ਅਗੇ ਛੋਟੀ ਜਿਹੀ ਕਲਿੱਪ ਜ਼ਰੂਰ ਦੇਖਿਓ ਤੇ ਬਾਕੀ ਸਾਰੇ ਲੋਕ ਨੇ ਜਿਹੜੇ ਕਿ ਹਿਮਾਣੀ ਨੂੰ ਹੀ ਗਲਤ ਕਹਿੰਦੇ ਪਏ ਨੇ ਕਿ ਹਿਮਾਣੀ ਫੇਮ ਲੈ ਕੇ ਇਸ ਨੂੰ ਛੱਡ ਗਈ ਬਾਕੀ ਤੁਹਾਡੇ ਕੀ ਵਿਚਾਰੇ ਸੜਨਾ ਕਮੈਂਟ ਬਾਕਸ ਦੇ ਵਿੱਚ ਵਿਚਾਰ ਜ਼ਰੂਰ ਸਾਂਝੇ ਕਰਿਓ ਸਰ ਕਵਰ ਅਪ ਕਦੋਂ ਯਾਰ ਸਹੀ ਦੱਸਣਾ ਇਨਾ ਜਿਗਰਾ ਹੀ ਨਹੀਂ ਪਹਿਨਦਿਆ ਕਵਰ ਅਪ ਕਰਾਉਂਦਾ ਸਿੱਧੀ ਦਾ ਸਾਫ਼ ਗੱਲ ਦੱਸਾਂ ਜਿਗਰਾ ਨਹੀਂ ਪਹਿਨਦਿਆ ਜਿੱਦਾਂ ਜਿਗਰਾ ਪਹਿਜੂਗਾ ਕਵਰ ਅਪ ਵੀ ਕਰਾਵਾਂਗਾ ਘੈਂਟ ਜਿਗਰਾਵਾਂਗੇ ਫਿਰ ਕਵਰ ਅਪ ਠੀਕ ਹੈ ਲੋਕਾਂ ਨੂੰ ਜਿਗਰਾ ਜ਼ਿਆਦਾ ਸੀਗਾ ਤਾਂ ਕਵਰ ਅਪ ਟਾਈਮ ਸਰ ਹੋ ਗਿਆ ਆਡੇ ਜਿਗਰਾ ਨਹੀਂ ਪਹਿਨਦਾ ਜ਼ਿਆਦਾ ਠੀਕ ਹੈ ਆਈ ਫਿਰ ਇੱਥੋਂ ਲਈ ਨਹੀਂ ਨਾ ਕਦੀ ਕਹੇ ਨਾ